ਵੀਲ ਵੈਲਸਿੰਗ ਕਰਾ ਲਈਏ, ਪਾਲਿਸ਼ਿੰਗ ਪੁਲਿਸ਼ਿੰਗ ਡਰਮ ਕਰਾਉਣੇ ਆ। ਆਪਾਂ ਇਹ ਨਹੀਂ ਲੈ ਕੇ ਜਾਣੀ, ਆ ਲੈ ਕੇ ਜਾਣੀ। ਚੱਲਦੇ ਦਾ ਕਦੇ ਤੋਂ ਮੈਂ ਪੈਸਾ ਕਮਾਉਣਾ ਚਾਹਣਾ ਬਹੁਤ ਬਹੁਤ। ਮਿੱਤਰੋ, ਨਵੇਂ ਸਾਲ ਦੇ ਵਿੱਚ ਆਪਾਂ ਐਂਟਰ ਹੋ ਚੁੱਕੇ ਆ। ਅੱਜ ਹੈਗਾ ਆਪਣਾ ਪਹਿਲਾ ਦਿਨ 2024 ਦਾ। ਵੈਲਕਮ ਬੈਕ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ। ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। 2024 ਦਾ ਅੱਜ ਪਹਿਲਾ ਦਿਨ। ਹੈਪੀ ਨਿਊ ਈਅਰ। ਹੈਪੀ ਨਿਊ ਈਅਰ। ਹੈਪੀ ਨਿਊ ਈਅਰ। ਨਵੇਂ ਸਾਲ ਦੀਆਂ ਬਹੁਤ ਬਹੁਤ ਤੁਹਾਨੂੰ ਵਧਾਈਆਂ। ਲੋ ਵੀ ਮਿੱਤਰੋ, ਨਵੇਂ ਸਾਲ ਦੇ ਵਿੱਚ ਆਪਾਂ ਐਂਟਰ ਹੋ ਚੁੱਕੇ ਹਾਂ। ਅੱਜ ਹੈਗਾ ਆਪਣਾ ਪਹਿਲਾ ਦਿਨ 2024 ਦਾ। ਅਤੇ ਕਿਉਂ ਸੁਨੀਲ, ਯੈਸ, ਕੀ ਤੂੰ ਰੈਜ਼ੋਲਿਊਸ਼ਨ ਲਿਆ ਤੂੰ ਆਪਦਾ, ਕੀ ਮਤਲਬ ਕਰਨਾ ਚਾਹੁੰਦਾ ਨਵੇਂ ਸਾਲ 'ਚ? ਪਿਛਲਾ ਅਸੀਂ ਕੇਕ ਕੂਕ ਨਹੀਂ ਕੱਟਦੇ ਹੁੰਦੇ, ਲੇਕਿਨ ਲਾਸਟ ਅਸੀਂ ਨਾਈਟ ਕੇਕ ਵਗੈਰਾ ਕੱਟਿਆ ਵਾ। ਕਿਉਂ ਕੱਟਿਆ ਕਿ ਵੀ ਸਾਡਾ 2023 ਨੂੰ ਅਸੀਂ ਵਿਦਾ ਅਲਵਿਦਾ ਕਹਿ ਦਈਏ, ਜਿਹਾ ਜਿਹਾ ਵੀ ਲੰਘਿਆ ਚਲੋ ਠੀਕ ਆ, ਸ਼ੁਕਰ ਆ। ਔਰ ਆਉਣ ਵਾਲਾ ਜੋ 2024 ਆ, ਉਹ ਹੁਣ ਚੀਜ਼ ਦੇ ਵਿੱਚ ਅਸੀਂ ਆਪਾਂ ਐਂਟਰ ਹੋ ਚੁੱਕੇ ਹਾਂ, ਇਹ ਸਮੰਡਣਾ ਜਾਵੇ, ਵਧੀਆ ਜਾਵੇ ਸਾਰਿਆਂ ਲਈ, ਸਾਡੇ ਲਈ ਵੀ। ਕਿਉਂ, ਗੱਡੀ ਆ ਰਹੀ ਆ, ਇੱਕ ਮਿੰਟ। ਕਿਹੜੀ? ਆਹੋ, ਇਹ ਬੁੜੀਆਂ ਵਾਲੀ ਕਾਰ ਆ। ਆਹੋ, ਆਪਾਂ ਨੂੰ ਤਾਂ ਕੀ ਜਾਣਾ। ਅਤੇ ਹੁਣ ਅਸੀਂ ਚੱਲੇ ਹਾਂ ਗੱਡੀ ਦੀ ਮੁਰੰਮਤ ਕਰਾਉਣ ਥੋੜ੍ਹੀ ਜਿਹੀ, ਸਾਡੇ ਕੰਮ ਚੱਲਦੇ ਰਹਿੰਦੇ ਨੇ, ਅਗਰ ਅਸੀਂ ਵਿਹਲੇ ਹਾਂ ਤਾਂ ਫਿਰ ਅਸੀਂ ਗੱਡੀਆਂ ਵੱਲ ਹੋ ਜਾਂਦੇ ਲਾਇਨਮੈਂਟ ਕਰਾਉਣੀ ਵੀਰ ਜੀ, ਲਾਇਨਮੈਂਟ। ਹਾਂ, ਆਪਾਂ ਇਹ ਨਹੀਂ ਲੈ ਕੇ ਜਾਣੀ, ਆਹ ਲੈ ਕੇ ਜਾਣੀ। ਠੀਕ ਆ, ਚਲੋ ਮਿਲਦੇ ਹਾਂ ਬਾਹਰ ਜਾ ਕੇ। ਅੰਦਰ ਲੱਗਦਾ ਵੀ ਬਾਹਰ ਨਾ ਮਾਈਨਸ ਦੇ ਵਿੱਚ ਟੈਂਪਰੇਚਰ ਹੋਣਾ, ਅੰਦਰ ਰੂਮਾਂ 'ਚ ਜਦੋਂ ਬੜੇ ਹੁੰਦੇ ਆ। ਅਤੇ ਅੰਦਰ ਚੱਲਦੇ ਆ ਸਾਰੀ ਰਾਤ ਏਸੀ, ਏਸੀ ਜਦੋਂ ਚੱਲਦੇ ਆ ਤਾਂ ਫਿਰ ਠੰਡਾ ਰਹਿੰਦਾ ਰੂਮ, ਐਂ ਲੱਗਦਾ ਵੀ ਹੁਣ ਤਾਂ ਮਾਈਨਸ 'ਚ ਕੀ ਗੱਲਬਾਤ। ਲੇਕਿਨ ਹੁਣ ਬਾਹਰ ਆ ਕੇ ਦੇਖਿਆ ਨਾ ਕਹਾਣੀ, ਅੱਖਾਂ ਨਹੀਂ ਖੋਲਦੀਆਂ, ਧੁੱਪ ਇੰਨੀ ਤੇਜ਼ ਆ, ਅਤੇ ਟੋਪੀ ਮੈਂ ਐਂ ਲਈ ਹੋਈ ਜਿਵੇਂ ਆਪਾਂ ਕੈਨੇਡਾ ਦੀ ਠੰਡ ਫੀਲਿੰਗ ਕਰਦੇ ਹੁੰਦੇ ਹਾਂ। ਸਮਝ ਗਿਆ, ਤੂੰ ਲਈ ਨਾ ਮੈਂ ਲਈ, ਭੈਣ ਚੋ ਬੁੜੇ ਦਾ ਦੁਬਈ ਇਹ ਫਾਈਨ ਹੀ ਆਜੂ, ਦੇ ਦਾਂਗੇ ਪਹਿਲਾ ਸਾਲ ਦਾ। ਨਹੀਂ ਨਹੀਂ ਨਹੀਂ, ਬਚਣਾ ਇਸ ਵਾਰ। ਇਹੀ ਤਾਂ ਕੀ ਕਹਿੰਦੇ ਰੈਜ਼ੋਲੂਸ਼ਨ, ਇਸ ਵਾਰ ਫਾਈਨਾਂ ਤੋਂ ਤੇ ਵੇਸਟਸ ਆਫ ਮਨੀ ਤੋਂ। ਕਮਾਉਣੇ ਦਾ ਪਹਿਲਾਂ ਵੀ ਬਹੁਤ ਸੀ, ਕਮਾਉਣੇ ਹੁਣ ਵੀ ਆ, ਹਨਾ ਅਲਹਮਦੁਲਿਲਾ। ਤੇ ਬਸ ਬਚਣਾ ਵਾ ਵੇਸਟ ਹੋਣ ਤੋਂ, ਬਾਕੀ ਉੱਪਰ ਵਾਲਾ ਜਿਵੇਂ ਲਾਸਟ ਟਾਈਮ ਬਿਮਾਰੀ ਸ਼ਮਾਰੀ ਆਈ, ਉਹ ਤੋਂ ਆਪੇ ਆਪ ਬਚਾਵੇ, ਉਹਨਾਂ ਲੱਗਣ ਤੋਂ। ਜਾਲਾ ਤਾਂ ਉੱਧਰ ਹੀ ਲੱਗਿਆ, ਜਾਲਾ ਉੱਧਰ ਹੀ ਲੱਗਿਆ। ਤੇ ਉਹ ਵੀ ਕਿਹੜਾ ਆਪਾਂ ਗਲਤ ਖਾਂਦੇ ਆ ਪੀਂਦੇ ਲੱਗੀ ਸੀ, ਤੂੰ ਤਾਂ ਬਹੁਤ ਸਾਫ਼ ਸੁਥਰਾ ਖਾਂਦਾ ਰਿਹਾ, ਸਹੀ ਆ ਨਾ? ਤੇ ਬਸ ਉਹ ਫਿਜ਼ੀਕਲ ਹੈਲਥ ਉਹ ਰੱਬ ਸਹੀ ਰੱਖੇ, ਟਿਕਾ ਕੇ ਤੂੰ ਸਹੀ ਗੱਡੀ ਚਲਾਓ। ਤੂੰ ਇਹਨਾਂ ਦੀ ਨਾ ਸੁਣੋ, ਦੂਜੇ ਪਾਸੇ ਗੂਗਲ ਮੈਪ ਨਾ ਬੜਾ ਬੜਾ ਵਿੱਚ ਨਾ ਅੱਜ ਦਾ ਵਲੌਗ ਆ। ਪਹਿਲਾਂ ਆਪਾਂ ਕਰਾਉਂਦੇ ਹਾਂ ਗੱਡੀ, ਠੀਕ ਆ, ਇਹਦੇ ਦੋ ਤਿੰਨ ਕੰਮ ਕਰਾਉਣ ਵਾਲੇ ਆ। ਗੱਡੀ ਕੰਮ ਕਰਾ ਕੇ ਆਪਾਂ ਫਿਰ ਜਾਂਦੇ ਹਾਂ ਘਰੇ, ਦੇਖਦੇ ਹਾਂ ਲੰਚ ਵੰਚ 'ਚ ਕੀ ਹੁੰਦਾ ਕੀ ਨਹੀਂ, ਠੀਕ ਆ। ਅਤੇ ਲੰਚ ਲੁੰਚ ਕਰਕੇ ਸਾਰਾ ਦਿਨ ਫਿਰ ਤੁਹਾਡੇ ਸਾਡੇ ਨਾਲ ਹੀ, ਮੂੰਹ 'ਚ ਥੜ ਥੜ ਥੱਕ ਆਉਂਦਾ ਯਾਰ। ਤੈਨੂੰ ਮੈਂ ਕਹਿੰਦਾ ਤੂੰ ਪਤਾ ਨਹੀਂ ਅੱਜ ਕੱਲ੍ਹ ਕਿੱਥੇ, ਤੂੰ ਫੋਨ ਯੂਜ਼ ਹੀ ਨਾ ਕਰ, ਕਿਉਂਕਿ ਤੇਰਾ ਇੱਕ ਪਾਸੇ ਧਿਆਨ ਜ਼ਿਆਦਾ ਲੱਗਦਾ ਵਾ। ਦੋ ਤਿੰਨ ਵਾਰੀ ਮੈਂ ਤਾਂ ਨੋਟ ਕਰ ਲਿਆ ਤੂੰ ਫੋਨ ਨਾ ਯੂਜ਼ ਕਰ। ਜਦੋਂ ਫੋਨ ਯੂਜ਼ ਕਰਨਾ ਵਾ ਤਾਂ ਇਹ ਦਿਮਾਗ 'ਚ ਰੱਖ ਵੀ ਤੇਰੀਆਂ ਅੱਖਾਂ ਅਤੇ ਦਿਮਾਗ ਰੋਡ 'ਤੇ ਹੋਣਾ ਚਾਹੀਦਾ, ਫੋਨ 'ਚ ਨਹੀਂ। ਅਤੇ ਇੱਦਾਂ ਇਹ ਹੁਣ ਇਹ ਸਹੀ ਗੱਲ ਆ, ਇਹ ਨਹੀਂ ਫੋਨ ਯੂਜ਼ ਕਰਨਾ ਚਾਹੀਦਾ। ਤੁਸੀਂ ਮੰਨਦੇ ਕਿਉਂ? ਮੈਪ ਯੂਜ਼ ਕਰਦੇ ਜਿੱਥੇ ਜਾਣਾ। ਅਤੇ ਕੱਲ੍ਹ ਅਸੀਂ ਇਹ ਵੀ ਨਾ ਤੂੰ ਯੂਜ਼ ਕਰ, ਤੂੰ ਗਲਤ ਚਲਾ ਜਾ। ਕੱਲ੍ਹ ਅਸੀਂ ਉਹ ਇੱਕ ਰੀਲ ਪਾਈ ਆ, ਰੀਲ ਮਤਲਬ ਸ਼ੋਰਟ ਪਾਇਆ ਯੂਟਿਊਬ 'ਤੇ, ਦੂਸਰੇ ਸੋਸ਼ਲ ਮੀਡੀਆਸ 'ਤੇ ਵੀ ਮੈਂ ਨਹੀਂ ਪਾਇਆ, ਇਹਨੇ ਆਪਦੇ 'ਤੇ ਪਾਇਆ, ਅਤੇ ਪਰ ਯੂਟਿਊਬ 'ਤੇ ਚੈਨਲ 'ਤੇ ਪਾਇਆ ਸੀ ਵੀ ਜਿਹੜੇ ਅੱਜ ਕੱਲ੍ਹ ਦੇ ਨਿੱਕੇ ਨਿੱਕੇ ਜਵਾਕ ਮਾਪਿਆਂ ਨੂੰ ਉਹਨਾਂ ਨੂੰ ਖੁੱਲ੍ਹਾ ਫਰੀਡਮ ਦੇ ਦਿੰਦੇ ਆ, ਹੈ ਨਾ ਯਾਰ। ਜਿਹਦੇ 'ਤੇ ਪਾਇਆ ਨਾ ਉਹ ਬੱਚੀ ਆ, ਮੇਬੀ 11 ਸਾਲ 12 ਸਾਲ
ਮੈਕਸਿਮਮ 13 ਸਾਲ ਹੱਦ ਹੋਣੀਆਂ ਹੱਦ ਹੋਈ ਡੇਗੀ ਤੇ ਉਹਦਾ ਇੱਕ ਸ਼ਾਰਟ ਲਾ ਦੀ ਪਤਾ ਲੱਗ ਗਿਆ ਹੁੰਦਾ ਹੁੰਦਾ ਕਿਹਦੀ ਗੱਲ ਕਰਦੇ ਨਾ ਤੇ ਉਹਦਾ ਐਕਸਪ੍ਰੈਸ਼ਨ ਜਿਹੜੇ ਬੱਚੀ ਦੇ ਬਹੁਤ ਜ਼ਿਆਦਾ ਵੀ ਵੱਡਿਆਂ ਬੋਲਡ ਨੇ ਮਤਲਬ ਉਹ ਏਜ ਨੀ ਸੂਟ ਨੀ ਕਰ ਰਿਹਾ ਉਹ ਤਾਂ ਸੂਟ ਕਿਸੇ ਨੂੰ ਵੀ ਨਹੀਂ ਕਰਨਗੇ ਲੇਕਿਨ ਅੱਜ ਕੱਲ੍ਹ ਕੰਜਰਖਾਨਾ ਚੱਲਿਆ ਹੋਇਆ ਤਾਂ ਫਿਰ ਲੋਕੀ ਹਰ ਇੱਕ ਚਾਹੁੰਦਾ ਵੀ ਉਹ 'ਚ ਪਾਰਟੀਸਪੇਟ ਕੀਤਾ ਜਾਵੇ ਕਿਉਂਕਿ ਗਲਤ ਚੀਜ਼ਾਂ ਜ਼ਿਆਦਾ ਅਟਰੈਕਟ ਕਰਦੀਆਂ ਲੋਕਾਂ ਨੂੰ ਅਤੇ ਲੋਕੀ ਇਹ ਚਾਹੁੰਦੇ ਵੀ ਸਾਨੂੰ ਹਾਰਡ ਵਰਕ ਨਾ ਕਰਨਾ ਪਵੇ ਸ਼ੋਰਟ ਵਰਕ ਦੇ ਵਿੱਚ ਸਾਨੂੰ ਪੈਸੇ ਆਉਣੇ ਸ਼ੁਰੂ ਹੋ ਜਾਣ ਜਾਂ ਉਹਦੇ ਮਾਪਿਆਂ ਨੇ ਸੋਚਣ ਵੀ ਚੱਲ ਸਾਡੀ ਧੀ ਨੂੰ ਇਹਨੂੰ ਬਾਹਰੋ ਜਾਂ ਲੈਣ ਦੇ ਵਿੱਚ ਅਤੇ ਚਾਰ ਪੈਸੇ ਆਉਣਗੇ ਆਉਣ ਵਾਲੇ ਟਾਈਮਾਂ ਦੇ ਵਿੱਚ ਬੱਚਾ ਉਹਦਾ ਤੁਸੀਂ ਐਕਸਪ੍ਰੈਸ਼ਨ ਦੇਖੋ ਮੈਂ ਵੀਡੀਓ ਪਾਈ ਨੀਚੇ ਮੈਨੂੰ ਕਮੈਂਟ ਵੀ ਆਇਆ ਕਹਿੰਦਾ ਭਾਜੀ ਤੁਸੀਂ ਉਹਦੇ ਮਾਪਿਆਂ ਨੂੰ ਕਹਿੰਦੇ ਹੋ ਵੀ ਇਹਨੂੰ ਰੋਕੋ ਕਹਿੰਦੇ ਉਹ ਤਾਂ ਇਹਦੇ ਵਿਊ ਦੇ ਕੇਕ ਕੱਟੀ ਜਾਂਦੇ ਆ ਲਓ ਜੀ ਮਤਲਬ ਇਹਦਾ ਸੈਂਸ ਆਪਾਂ ਰੋਕ ਨੀ ਸਕਦੇ ਕਿਸੇ ਨੂੰ ਸੋਸ਼ਲ ਮੀਡੀਆ ਅੱਜ ਕੱਲ ਹੱਡਾਂ ਚ ਰਹਿ ਚੁੱਕਿਆ ਇਹਦੇ ਬਿਨਾਂ ਲਾਈਫ ਵੀ ਹੈ ਨੀ ਗੀ ਠੀਕ ਆ ਲੇਕਿਨ ਟਰਾਈ ਕਰੋ ਇਹਨੂੰ ਸਿੱਧੇ ਤਰੀਕੇ ਨਾਲ ਯੂਜ਼ ਕਰਨ ਦੀ ਆਪਦੀ ਗੱਲ ਰੱਖੋ ਸਿੱਧੇ ਤਰੀਕੇ ਨਾਲ ਜ਼ਰੂਰੀ ਨਹੀਂ ਹੈਗਾ ਤੁਸੀਂ ਕੰਜਰਖਾਨਾ ਹੀ ਮਤਲਬ ਉਹਨੂੰ ਜ਼ਿਆਦਾ ਪਾਰਟਿਸਿਪੇਟ ਕਰਨਾ ਉਹਦੀ ਏਜ ਨਹੀਂ ਗੀ ਨਾ ਤਾਂ ਕਰਕੇ ਉਹ ਜ਼ਿਆਦਾ ਆਪਾਂ ਨੂੰ ਦੇਖਦੀ ਜ਼ਿਆਦਾ ਲੱਗਦੀ ਗਲਤ ਜੇ ਜ਼ਿਆਦਾ ਵਾ ਆਏ ਆਏ ਐਕਸ਼ਨ ਵੀ ਤਾਂ ਕਰਨੇ ਵੀ ਨਹੀਂ ਆਉਂਦੇ ਹਾਂ ਦੇਖਤਾ ਸੀ ਮੇਕਅਪ ਕੀਤਾ ਬੱਚੀ ਦੇ ਤੇ ਉਹਦਾ ਕਸੂਰ ਨਹੀਂ ਗਾ ਉਹਦੇ ਪੇਰੈਂਟਸ ਦਾ ਕਸੂਰ ਆ ਇਹ ਉਹਨੂੰ ਰੋਕਿਆ ਜਾਵੇ ਤੇ ਇਹੀ ਗੱਲ ਆ ਨਾ ਸ਼ਿਆਲੋ ਜੀ ਦੇਖ ਲਿਓ ਭੁੱਲਿਓ ਨਾ ਅਤੇ ਬਾਕੀ ਸਾਡੇ ਚੈਨਲ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਆਪਾਂ ਸਾਨੂੰ ਤਾਂ ਬਹੁਤ ਖੁਸ਼ੀ ਹੁੰਦੀ ਨਾ ਸੁਣੀ ਅਗਰ ਬੋਲ ਕੇ ਕਹੀਏ ਸਾਡਾ 5000 ਹੋਇਆ ਨਹੀਂ ਲੇਕਿਨ 5000 ਹੋਣ ਵਾਲਾ ਆਪਾਂ ਕਰ ਲੈਣਾ ਛੇਤੀ ਹੋਈ ਉਹ ਸਬਸਕ੍ਰਾਈਬਰ ਅਤੇ ਬੜੀ ਮਿਹਰਬਾਨੀ ਤੁਹਾਡੀ ਚਲੋ ਮਿਲਦਾ ਹੁਣ ਨੈਕਸਟ ਸਟੇਸ਼ਨ 'ਤੇ ਓਕੇ ਬਾਬਾ ਸ਼ੂ ਮੰਤਰ ਇਹਨਾਂ ਤੋਂ ਦੂਰ ਰੱਖਿਆ ਕਰੋ ਇਹ ਦੱਸਾਂ ਤੈਨੂੰ ਯਾਰ ਕਿਹਨੂੰ ਗੱਡੀ ਫੜਾ ਦੀ ਉਧਰ ਨੂੰ ਚੱਲਿਆ ਸੀ ਚੱਲ ਜਾ 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 ਵੱਧ ਕੰਮ ਕੱਢ ਦੇ ਨਾਲ ਦੀ ਨਾਲ ਹੱਥ ਪੱਲਾ ਨਹੀਂ ਹੁੰਦਾ ਵੀਲ ਬੈਲੈਂਸਿੰਗ ਤਾਂ ਜ਼ਰੂਰੀ ਆ ਨਹੀਂ ਟਾਇਰ ਖਾ ਜੂ ਨਵੇਂ ਟਾਇਰ ਆਪਣੇ ਕਿਉਂ ਪੈਂਦਾ ਪ੍ਰੈਸ਼ਰ ਚੱਲਦੀ ਤਾਂ ਵਧੀਆ ਕੰਮ ਚੱਲਦਾ ਜ਼ੋਰ ਸ਼ੋਰ ਇਹਨਾਂ ਚ ਕੀ ਫਰਕ ਹੁੰਦਾ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਚੱਲ ਕਰ ਦੇ ਫਿੱਟ ਬਾਈ ਬੜੀ ਮਿਹਰਬਾਨੀ ਨਵੇਂ ਆਪ ਯੂਜ ਕੀਤੇ ਪੇਂਟ ਮਾਰ ਮੂਰ ਕੇ ਰੱਖਿਆ ਹੋਇਆ ਜਿਹਦੇ ਕਰਕੇ ਬ੍ਰੇਕ ਲਾਉਂਦੇ ਚੀ ਚੀ ਦੀ ਆਵਾਜ਼ ਆਉਂਦੀ ਹੁੰਦੀ ਆ ਹੁਣ ਉਹ ਕਰਦਾ ਇੱਕੋ ਸਾਰ ਪਾਲਿਸ਼ ਕਰਕੇ ਹੁਣ ਉਹ ਚੀ ਚੀ ਦੀ ਆਵਾਜ਼ ਵੀ ਆਊਗੀ
ਨਾਲੇ ਬ੍ਰੇਕ ਵਧੀਆ ਲੱਗਣਗੇ, ਪੈਡ ਵੀ ਆਪਾਂ ਬ੍ਰੇਕ ਪੈਡ ਨਵੇਂ ਪਵਾ ਦੇ, ਠੀਕ ਹੈ ਨਾ। ਇਹਨਾਂ ਨੇ ਵੀਡੀਓ ਪਾਈ ਟਿਕਟੋਕ ਤੇ, ਉਹ ਇੱਕ ਵੀਡੀਓ ਕਰਕੇ ਬੰਦੇ ਨੇ ਧੱਕ ਪਾਤੀ ਪੂਰੀ। ਹਾਂ ਕਹਿੰਦਾ ਰੌਲਾ ਪੂਰਾ, ਗੱਡੀ ਤੇ ਗੱਡੀ ਚੜੀ ਪਈ ਆ। ਤਾਂ ਅਲਾਈਨਮੈਂਟ ਹੋ ਰਹੀ ਆ ਹੁਣ, ਇਸ ਕੰਮ ਕਰਾ ਕੇ ਬਾਅਦ ਤੋਂ ਸੈੱਟ, ਫਿਰ 6 ਮਹੀਨੇ ਸਾਲ ਖੰਡ ਝਾਕਣ ਦੀ ਲੋੜ ਨਹੀਂ। ਹੌਲੀ ਹੌਲੀ ਜੇ ਪ੍ਰੋਬਲਮ ਆਈ ਫਿਰ ਮਤਲਬ ਲੈ ਕੇ ਆਪਣਾ ਡਾਕਟਰ ਦੇ। ਲਓ ਵੀ ਕਿੰਨੇ ਵੱਜ ਗਏ, 12 ਇੱਕ ਵੱਜ ਗਿਆ, ਇੱਕ ਕਿੰਨੇ ਵਜੇ ਸੀ ਆਪਾਂ, 9:30 ਨਹੀਂ ਨਹੀਂ 10 ਸਾਢੇ ਦਸ, 10 ਸਾਢੇ ਦਸ ਤੀ 10 ਸਾਢੇ ਦਸ ਆਏ ਸਾਢੇ ਦਸ ਤੇ ਵਲੋਗ ਮਤਲਬ ਆਪਣਾ ਕੰਟੀਨਿਊ ਹੀ ਆ। ਅਸੀਂ ਇੱਥੇ ਕੰਮ ਕਰਾਉਣ ਆਏ ਹਾਂ ਗੱਡੀ ਦਾ, ਸਾਡੇ ਹੀ ਮਤਲਬ ਯਾਰ ਹੁੰਦਾ ਹੀ ਹੁੰਦਾ ਇੱਦਾਂ ਅਲਾਈਨਮੈਂਟ ਅਲਾਈਨਮੈਂਟ ਕਰਾਈ ਆਪਾਂ ਗੱਲਬਾਤ ਕਰ ਲਈ ਬਈ ਅਲਾਈਨਮੈਂਟ ਸਾਰਾ ਕੁਛ, ਜਿਹੜਾ ਤੁਹਾਡਾ ਆਫਰ ਤੁਸੀਂ ਟਿਕਟੋਕ ਵੀਡੀਓ ਤੇ ਪਾਇਆ ਸੀ ਉਹ ਵੀਡੀਓ ਦੇਖ ਕੇ ਅਸੀਂ ਆਏ ਆ, ਤੇ ਕਹਿੰਦੇ ਚੱਲ ਠੀਕ ਆ ਓਕੇ। ਤੇ ਸਾਨੂੰ ਪਤਾ ਸੀ ਬ੍ਰੇਕ ਘੱਟ ਲੱਗਦੇ ਤੇ ਪੈਡ ਪੂਡ ਦਾ ਮਸਲਾ ਬਣੂਗਾ, ਤੇ ਵੀ ਭਾਈ ਮੂਹਰਲੇ ਆਹ ਆਪਣੇ ਬ੍ਰੇਕ ਪੈਡ ਵੀ ਚੇਂਜ ਕਰ, ਠੀਕ ਆ ਕਹਿੰਦਾ ਸਾਰੇ ਪੁਰਾਣੇ ਪਾਈ ਜਾਂਦੇ ਸੀ ਪੁਰਾਣੇ ਕੱਢ ਕੇ ਭਾਈ, ਇੱਥੇ ਯਕੀਨ ਨਹੀਂ ਕਰ ਸਕਦੇ ਹੈਂ, ਉਹ ਤਾਂ ਅਸੀਂ ਉੱਤੇ ਖੜੇ ਸੀ ਭਾਈ, ਸਾਈਡ ਨੂੰ ਖਿੱਚਦੀ ਆ ਤੂੰ ਹਲੇ ਆ ਤਾਂ ਰੋਡ ਤੇ ਫਿਰਦਾ ਯਾਰ, ਸਲੋਪ ਹੀ ਆ ਰੋਡ ਤੇ ਤੇ ਉੱਤੇ ਖੜੇ ਸੀ, ਉੱਤੇ ਖੜਨ ਤੋਂ ਤਾਂ ਪਤਾ ਲੱਗ ਗਿਆ ਵੀ ਇਹ ਕਪੜੇਬਾਜ਼ੀ ਹੋ ਰਹੀ ਆ, ਤੇ ਛੱਡ ਕੇ ਨਹੀਂ ਜਾ ਸਕਦੇ ਗੱਡੀ ਇੱਥੇ ਕੋਈ ਯਾਰ, ਕੁਛ ਹੋਰ ਕੁਛ ਕਰਨਾ ਨਹੀਂ, ਜਦੋਂ ਕਹਿਤਾ ਬਾਈ ਕੱਲ ਨੂੰ ਗੱਡੀ ਲੈ ਜਾਈਂ ਆਪਦੀ, ਸਮਝ ਲੱਗ ਗਿਆ ਗੱਲ, ਤੈਨੂੰ ਯਕੀਨ ਹੋਣਾ ਹੀ ਨਹੀਂ ਸਮਝ ਗਿਆ। ਚਲੋ ਅਸੀਂ ਕਿਹਾ ਬਈ ਤਾਂ ਪੁਰਾਣੇ ਪਾ ਰਹੇ ਹੋ, ਕਹਿੰਦਾ ਪੁਰਾਣੇ ਥੋੜੀ ਆ, ਆਹੋ ਕਹਿੰਦਾ ਪੁਰਾਣੇ ਥੋੜੀ ਆ, ਉਹ ਤਾਂ ਬੰਦੇ ਨੇ ਲਏ ਸੀ ਉਹ ਪਾਏ ਨਾਲ ਹੀ ਕੱਢਤੇ ਸੀ, ਕਹਿੰਦਾ ਉਸਨੇ ਉਸ ਕੋ ਕਹਿੰਦਾ ਫਿੱਟ ਕੀਤੇ ਆ ਗੇੜਾ ਕੱਢ ਕੇ ਵਾਪਸ ਆਇਆ ਵੀ, ਉਹਨੇ ਕਿਹਾ ਵੀ ਮੈਂ ਇਹ ਨਹੀਂ ਪਾਉਣੇ, ਇਦੋਂ ਵਧੀਆ ਪਾਉਣੇ ਆ, ਤਾਂ ਕਰਕੇ ਤੁਹਾਡੇ ਵਾਲੇ 'ਚ ਅਸੀਂ ਪਾਉਣਗੇ ਹੈ ਨਵੇਂ। ਉਹ ਮੈਂ ਕਿਹਾ ਤੂੰ ਮਰਿਆ ਤੂੰ ਖਾਨਾ ਖਰਾਬ, ਕੱਢ ਇਹਨਾਂ ਨੂੰ ਸਾਲਿਓ, ਫਿਰ ਦਿਮਾਗ ਟੈਂਪਰੇਚਰ ਆਪਣਾ ਫਿਰ ਜਾ ਵੱਜਿਆ ਸਿੱਧਾ ਉੱਤੇ ਨੂੰ, ਯੂਟਰਨ ਲੈ ਕੇ ਪਿੱਛੇ ਨੂੰ, ਨਹੀਂ ਆਉਂਦਾ ਸਾਲਿਕਾ ਤੇ ਇਹ ਕਹਿਣ ਦਾ ਮਤਲਬ ਇਹ ਆ, ਪਹਿਲੀ ਗੱਲ ਟਿਕਟੋਕ ਵਾਲੀਆਂ ਜਿਹੜੀਆਂ ਐਡਾਂ ਆਉਂਦੀਆਂ ਨੇ ਅਸੀਂ ਬਹੁਤ ਯੂਜ਼ ਟਰਾਈ ਕਰ ਲਈ, ਅਸੀਂ ਟਰਾਈ ਕਰਦੇ ਹਾਂ, ਉਹ ਜਿਹੜੀ ਤੁਸੀਂ ਵੀਡੀਓ ਦੇਖਦੇ ਹੋ ਪ੍ਰਮੋਸ਼ਨ ਵਾਲੀ ਜਾਂ ਆਫਰ ਵਾਲੀ, ਉਹ ਵੀਡੀਓ ਕੁਛ ਹੋਰ ਆ, ਐਕਚੁਅਲ ਗਰਾਊਂਡ ਰਿਐਲਿਟੀ ਕੁਛ ਹੋਰ ਆ, ਠੀਕ ਆ। ਵੀਡੀਓ ਪਾਈ ਜਾਂਦੀ ਆ ਸਿਰਫ ਕਸਟ ਵਾਕ ਇਨ ਕਰਨ ਲਈ, ਕਸਟਮਰ ਨੂੰ ਅੰਦਰ ਬੁਲਾਉਣ ਲਈ, ਲੇਕਿਨ ਤੁਹਾਨੂੰ ਉਹ ਮੈਂ ਕਹਿੰਦਾ ਜੋ ਆਫਰ ਉਹਨਾਂ ਨੇ ਵੀਡੀਓ ਵਿੱਚ ਦੱਸਿਆ ਹੋਣਾ ਨਾ ਉਹ ਮਿਲਦਾ ਨਹੀਂ ਹੈਗਾ ਉੱਥੇ, ਐਕਚੁਅਲ ਕਦੇ ਵੀ ਨਹੀਂ ਹੋਇਆ, ਪੂਰਾ ਕਦੇ ਮਿਲਿਆ ਹੀ ਨਹੀਂ, ਸਮਝਦੇ ਗੱਲ ਨੂੰ। ਇੱਕ ਇਹ ਗੱਲ ਆ, ਦੂਜੀ ਅਗਰ ਤੁਹਾਡੇ ਕੋਲ ਗੱਡੀ ਹੈਗੀ ਆ ਸ਼ਾਹਜਾਦੇ ਜਿੰਨੇ ਵੀ ਇੰਡਸਟਰੀਅਲ ਏਰੀਆ ਜਿੱਥੇ ਆ ਖੋਲ੍ਹੀ ਫਿਰਦੇ ਨੇ ਸਾਰਾ ਕੁਛ, ਨਾ ਤਾਂ ਮੈਂ ਆਪਾਂ ਲੈਣਾ ਨਹੀਂ ਹੈਗਾ ਕਿਸੇ ਦਾ, ਨਾ ਕਿਸੇ ਕਮਿਊਨਿਟੀ ਦਾ ਕਿਸੇ ਦਾ, ਉਹਨਾਂ ਕੋਲ ਜਾਣ ਦੀ ਬਜਾਏ ਤੁਸੀਂ ਜਿਹੜੇ ਵਧੀਆ ਸਰਵਿਸ ਸਟੇਸ਼ਨ ਨੇ ਸਰਵਿਸ ਵਾਲੇ ਉਹਨਾਂ ਦੇ ਪੈਸੇ ਚਾਰ ਜ਼ਿਆਦਾ ਲੱਗ ਜਾਂਦੇ ਆ ਲੇਕਿਨ ਕੰਮ ਤਸੱਲੀ ਬਖਸ਼ ਹੋ ਜਾਂਦਾ, ਆਪਦੀ ਗੱਡੀ ਉਹਨਾਂ ਕੋਲ ਲੈ ਰੋਡਗਿਰੀ ਨਹੀਂ ਹੁੰਦੀ, ਹਾਂ ਇਹਨਾਂ ਕੋਲ ਆਉਂਗੇ ਇਹ ਤੁਹਾਨੂੰ ਕਹਿਣਗੇ ਕੁਛ ਹੋਰ, ਕਰਨਗੇ ਕੁਛ ਹੋਰ, ਦਿਖਾਉਣਗੇ ਕੁਛ ਹੋਰ, ਸਹੀ ਆ। ਇਹ ਚੀਜ਼ਾਂ ਨੇ ਕਿਉਂਕਿ ਸਾਡਾ ਤਾਂ ਵਾਹ ਪੈਂਦਾ ਰਹਿੰਦਾ, ਅਸੀਂ ਤਾਂ ਖੜ੍ਹੇ ਹਾਂ ਉੱਥੇ ਸਾਰੀ ਕਹਿਣ ਡੰਡੇ ਦੇ ਜ਼ੋਰ 'ਤੇ ਕੰਮ ਕਰਾ ਲਿਆ, ਅੱਧੇ ਹੱਥ ਵੀ ਲਿਬੜੇ ਹੋਏ ਆ, ਸਾਰਾ ਕੰਮ ਅਸੀਂ ਆਪ ਉਹ ਬ੍ਰੇਕ ਪੈਡ ਉਹਨਾਂ ਨੇ ਕਰਨਾ ਸੀਗਾ, ਤਾਂ ਕਰਕੇ ਨਵੇਂ ਬੰਦੇ ਨੂੰ ਤਾਂ ਇਹ ਠੱਗ ਤਾਂ ਰੇਟ ਬਣਾ ਦਿੰਦੇ ਯਾਰ ਜਾ ਕੇ ਪਹਿਲਾਂ, ਨਵੇਂ ਬੰਦੇ ਨੂੰ ਠੱਗ ਲੈਣਗੇ, ਪੁਰਾਣਾ ਬੰਦਾ ਜਿਹੜਾ ਹੈਗਾ ਐਕਸਪੀਰੀਅੰਸ ਵਾਲਾ ਉਹ ਆਪਦਾ ਕੰਮ ਕਰਾ ਸਕਦਾ, ਉਹ ਰਸ਼ ਦੇਖ ਲਾ ਜਾ ਕੇ ਕੋਲੇ ਤੇ ਆਹ ਹੋਈ ਅੱਜ ਦੀ ਕਹਾਣੀ, ਤੁਹਾਨੂੰ ਵੀਡੀਓ 'ਚ ਪਤਾ ਲੱਗ ਜਾਣਾ ਵਾ, ਮਾੜੀ ਨਹੀਂ।
ਚਲੋ ਜੀ ਹੁਣ ਮਿਲਦੇ ਹੁਣ ਭੁੱਖ ਲੱਗੀ ਹੈ ਜੋਰਾਂ ਦੀ ਕੁਛ ਖਾਣ ਪੀਣ ਦਾ ਬੰਦੋਬਸਤ ਕੀਤਾ ਜਾਵੇ ਸਮਝ ਗੱਲ ਨੂੰ ਕੁਛ ਹੋਰ ਇਨਫੋਰਮੇਸ਼ਨ ਬਸ ਸਾਡੇ ਨਾਲ ਕੰਟੈਕਟ ਕਰ ਲਓ ਗੱਡੀ ਦਾ ਕੰਮ ਕਰਾਉਣਾ ਹੋਵੇ ਸਾਡੇ ਨਾਲ ਕੰਟੈਕਟ ਕੀਤਾ ਜਾਵੇ ਜਦੋਂ ਕਰੂੰ ਸਾਈਡ 'ਤੇ ਕਰੂੰ ਸਬਰ ਦਾ ਸਬਰ ਤਾਂ ਹੈ ਨਹੀਂ ਨਾ ਜਦੋਂ ਪੈਟਰੋਲ ਆਉਂਦੀ ਆ ਦੁਬਈ ਦੇ ਵਿੱਚ ਰਾਹ ਦੇ ਦਿਓ ਚਾਹੇ ਤੁਸੀਂ ਲਾਸਟ ਟਰੈਕ 'ਤੇ ਹੋ ਲਾਸਟ ਟਰੈਕ ਛੱਡ ਕੇ ਇੱਧਰ ਆ ਜਾਓ ਹਾਂ ਬਟ ਉਹਨੂੰ ਰਾਹ ਦੇ ਦਿਓ ਉਹਨੂੰ ਰਾਹ ਦੇ ਲਾਈਟਾਂ ਮਾਰ ਮਾਰ ਬੁਰਾ ਹਾਲ ਕਰ ਦਿੰਦੇ ਚਲੋ ਜੀ ਇੱਕ ਉੱਥੇ 80-90 ਸਾਲ ਦਾ ਬੁੜਾ ਆ ਗਿਆ ਅਲਾਈਨਮੈਂਟ ਕਰਾਉਣ ਬਹੁਤ ਤੰਗ ਕੀਤੇ ਕਬਰਾਂ 'ਚ ਉਹਦੀਆਂ ਲੱਤਾਂ ਉਹੀ ਬੁੜਿਆਂ ਵਾਲੇ ਉਹਨਾਂ ਨੇ ਤੁਹਾਨੂੰ ਪਤਾ ਬੁੜੇ ਕਹਿ ਜੇ ਹੁੰਦੇ ਯਾਰ ਇਰੀਟੇਟਡ ਹੁੰਦੇ ਨਾ ਸਾਰੇ ਅਤੇ ਹਾਰਨ ਮਰ ਗਿਆ ਵੀ ਇਹਨੂੰ ਬੈਠਣ ਨੂੰ ਟੂ ਪੀ ਪੀ ਜੇ ਹੁਣ ਮੂਹਰੇ ਵਾਲੀ ਗੱਡੀ ਨਿਕਲੂ ਤਾਂ ਆਪਦੀ ਗੱਡੀ ਕੱਢੂਗਾ ਸਾਰੇ ਜਹਾਨ ਦੇ ਇੱਦਾਂ ਹੀ ਕੰਮ ਚਲੋ ਜੀ ਮਿਲਦੇ ਹੁਣ ਆਪਾਂ ਘਰ ਜਾ ਕੇ ਅੱਜ ਦਾ ਮਾਹੌਲ ਇੱਥੇ ਅਤੇ ਸ਼ਾਮ ਤੱਕ ਆਪਣਾ ਬਲੌਗ ਕੰਟੀਨਿਊ ਫਿਰ ਦੇਖਦੇ ਬਾਬਾ ਅੱਛਾ ਇਹ ਦੂਜਾ ਹੀ ਬੋਕਸ ਆ ਨਾ